ਮਹਿਕਬਾਲਾ ਸਭਾਲਾ ਬਾਲਾ ਜੀ ਫੇਸ਼ਲ ਤੇ ਖੁਸ਼ਾਮਦੀਦ ਜੀ ਦੋਸਤੋ, ਅੱਜ ਮੈਂ ਮੁਲਾਕਾਤ ਤੁਹਾਡੇ ਦੇ ਕਰਾਉਣਾ ਵਾ, ਜਿਹਨੇ ਯਾਨੀ ਕਿ ਪਾਕਿਸਤਾਨ ਫਿਲਮ ਇੰਡਸਟਰੀ ਦੇ ਬਹੁਤ ਅਰਸੇ ਤੋਂ ਕੰਮ ਕਰ ਰਹੇ ਨੇ। ਆਪਣੀਆਂ ਕਹਾਣੀਆਂ ਕਿਤਾਬਾਂ ਉਹਨਾਂ ਨੇ ਇਧਰੇ ਛਾਪੀਆਂ ਨੇ, ਫਿਲਮੀ ਕਹਾਣੀਆਂ ਉਹਨਾਂ ਦੀਆਂ 5 ਕਿਤਾਬਾਂ ਛਾਪ ਚੁੱਕੇ ਨੇ, ਉਹਨਾਂ ਦੀਆਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ। ਜਨਾਬ ਅਰਸ਼ਦ ਖੋਖਰ ਸਾਹਿਬ ਆ ਜੀ, ਉਹਨਾਂ ਨਾਲ ਮੁਲਾਕਾਤ ਕਰਾਉਣੀ ਜੀ। ਅਸਲਾਮ ਵਾਲੇਕੁਮ ਜੀ। ਤੁਸੀਂ ਅੱਜ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਸ਼ੌਕ ਕਿਸ ਤਰ੍ਹਾਂ ਪਿਆ ਇਕਬਾਲ ਰਾਹੀ ਹੈਦਰਾਬਾਦ ਫੌਤ ਹੋ ਗਏ ਨੇ ਤੇ ਉਹਨਾਂ ਦੀਆਂ 5-6 ਕਿਤਾਬਾਂ ਆਈਆਂ ਨੇ। ਮੈਂ ਉਹਨਾਂ ਨੂੰ ਮਜ਼ਮੂਨ ਕਰਦਾ ਕਿ ਲੋਕਲ ਅਖਬਾਰਾਂ 'ਚ ਵੀ ਬਿਜ਼ਨਸ ਵਾਲੇ ਮੇਰੇ ਮਜ਼ਮੂਨ ਜਾਂਦੇ ਰਹੇ ਨੇ। ਉਹ ਮੈਨੂੰ ਮੇਰੇ ਦੋਸਤ ਇਕਬਾਲ ਹੀ ਕਹਿਣ ਲੱਗੇ ਤੂੰ ਆਪਣੀ ਕਿਤਾਬ 'ਚੋਂ ਵੀ ਇੱਕ ਮਤਲਬ ਆਪਣੀ ਕਰਾਉਂਦਾ ਮਜ਼ਮੂਨ ਕਰਨਾ ਤੇ ਆਪਣੇ ਲਿਖਤ ਜਵਾਬ। ਮੈਂ ਉਹ ਲਿਖੀ ਕਿਤਾਬ ਪੂਰੀ ਕਹਾਣੀਆਂ 5-6 ਬਣਾ ਕੇ ਤਾਂ ਕਰਨੀ ਆ, ਉਹ ਮਜ਼ਾ ਆਇਆ। ਉਸ ਤੋਂ ਬਾਅਦ ਦੂਸਰੀ ਤੀਸਰੀ ਚੌਥੀ ਸੱਤਵੀਂ ਕਿਤਾਬ 7 ਕਿਤਾਬਾਂ ਆ ਚੁੱਕੀਆਂ ਨੇ, 5-7 ਆ ਚੁੱਕੀਆਂ ਨੇ ਤੇ ਉਹ ਮੈਂ 5-5 ਸੌ ਪ੍ਰਿੰਟ ਕਰਾਏ ਨੇ ਉਹਨਾਂ ਦੇ ਸਾਰੇ ਹੈਦਰਾਬਾਦ, ਕਰਾਚੀ, ਲਾਹੌਰ, ਦੋਸਤਾਂ ਨੂੰ ਫ੍ਰੀ ਫ੍ਰੀ ਆਫ ਕਾਸਟ, ਕੋਈ ਕੀਮਤ ਨਹੀਂ ਰੱਖੀ ਉਹਨਾਂ ਨੇ, 7-8 ਕਿਤਾਬਾਂ ਦੀ ਵੀ ਕੀਮਤ ਨਹੀਂ। ਸਹੀ ਹੈ। ਅੱਛਾ, ਤੇ ਉਸ ਤੋਂ ਬਾਅਦ ਕੋਈ ਐਕਟਰ ਪਸੰਦ? ਹਾਂਜੀ, ਬਹੁਤ ਪਸੰਦ ਨੇ ਮੁਹੰਮਦ ਅਲੀ ਸਾਹਿਬ। ਮੈਂ ਪਹਿਲੀ ਫਿਲਮ ਦੇਖੀ ਸੀ ਟੈਕਸੀ ਡਰਾਈਵਰ, ਟੈਕਸੀ ਡਰਾਈਵਰ ਦੇ ਨਾਲ ਫਿਲਮ ਲੱਗੀ ਸੀ ਇਨਸਾਨ ਆਦਮੀ, ਇਕੱਠੇ ਉਹਨਾਂ ਦੋਵੇਂ ਉਦੋਂ ਸਤਾਰੇ ਲੱਗੀਆਂ ਸਨ ਤੇ ਟੈਕਸੀ ਡਰਾਈਵਰ ਦੇਖੀ ਇਨਸਾਨ ਆਦਮੀ। ਉਸ ਦਿਨ ਤਾਂ ਮੈਨੂੰ ਯੂਸਫ ਖਾਨ ਤੇ ਬੜੇ ਪਸੰਦ ਆਏ ਨੇ ਆਪਣਾ, ਕਿਉਂਕਿ ਟੈਕਸੀ ਡਰਾਈਵਰ ਡਾਟੋ ਵੀ ਯੂਸਫ ਖਾਨ ਦੇ ਸੀ ਤੇ ਇਨਸਾਨ ਆਦਮੀ ਮੁਹੰਮਦ ਦੀ ਫਿਲਮ ਸੀ, ਬਹੁਤ ਫਿਲਮ ਪਸੰਦ ਆਈ। ਉਸ ਤੋਂ ਬਾਅਦ ਫਿਰ ਜਦੋਂ ਵੇਖੀ ਇਨਸਾਫ ਔਰ ਕਾਨੂੰਨ, ਹੋਰ ਵੀ ਉਹਨਾਂ ਦਾ ਵਧਾ ਹੋ ਗਿਆ, ਵਹਿਸ਼ੀ ਦੇਖੀ, ਫਿਰ ਉਹ ਆਈਲਾ ਔਰ ਸੂਰਤ ਦੇਖੀ, ਦਮ ਔਰ ਹੁਸ਼ਿਆਰੀ ਦੇਖੀ, ਖਾਮੋਸ਼, ਉਹ ਆਗ ਕਾ ਦਰਿਆ, ਸਾਇਕਾ, ਅੰਬਰ, ਬੋਬੀ, ਸਲਾਖੇ, ਹੈਦਰ ਅਲੀ, ਦੂਰੀਆਂ। ਮੈਂ ਤਾਂ ਮੇਰਾ ਮੁਕੰਮਲ ਫੈਨ ਹਾਂ ਮੁਹੰਮਦ ਸਾਹਿਬ ਦਾ ਜੀ। ਅੱਛਾ ਜੀ, ਦੋਸਤੋ ਪੰਜਾਬੀ ਵੱਲੋਂ ਕਿੰਨਾ ਫੈਨ ਜੇ? ਅਕਬਰ ਸਾਹਿਬ ਦੀਆਂ ਬੜੇ ਫਿਲਮ ਦੇਖੀਆਂ, ਸਾਹਿਬ ਦੇਖੀਆਂ ਨੇ, ਯੂਸਫ ਵਾਲਾ ਬਹੁਤ ਦਾ ਫੈਨ ਹੈ, ਯੂਸਫ ਵਾਲੀ ਦੀਆਂ ਦੇਖੀਆਂ ਨੇ, ਇਹ ਮੰਨੋ ਜਾਸ ਲਾਲਾ ਸੀਗੇ ਉਹ ਦੇਖੀਆਂ ਨੇ, ਅਬੀਰ ਸਾਹਿਬ ਦੇਖੀਆਂ ਨੇ, ਇਕਬਾਲ ਸਭ ਨੇ ਫਿਲਮ ਦੇਖੀਆਂ ਨੇ, ਲੇਕਿਨ ਜ਼ਿਆਦਾਤਰ ਨਾ ਅਕਬਰ ਖਾਨ ਤੇ ਆਪਣਾ ਯੂਸਫ ਖਾਨ ਜਵਾਬ ਸਮਝ ਲੈ ਤੇ ਭੱਟੀ ਬਰਾਦਰਾਂ ਨੇ ਭੱਟੀ ਬਰਾਦਰਾਂ ਤੇ ਬਹੁਤ ਕੈਮਰਾ ਤੇ ਭੱਟੀ ਸਾਹਿਬ ਦੇ ਬਹੁਤ ਮੇਰੇ ਦੋਸਤ ਹੈ ਤੇ ਚੌਰੀ ਸਦਰ ਸਾਹਿਬ ਸਿਆਲ ਹਰ ਸਾਲ ਭੱਟੀ ਸਾਹਿਬ ਦੇ ਯਾਰ ਸਨ ਬੜੇ, ਤੇ ਬਰਸੀਆਂ ਕਰਾਉਂਦੇ ਦੇ ਮੋੜ ਇਹਨਾਂ ਬਾਅਦ ਤੇ ਸਾਰੇ ਅਦਾਕਾਰ ਜਾਂਦੇ ਰਹੇ ਨੇ, ਅਬੀਰ ਸਾਹਿਬ ਬਣ ਰਹੇ ਨੇ, ਨਗਮਾ ਆਉਂਦੀ ਰਹੀ ਹੈ, ਨਸੀਬੋ ਆਪਣਾ ਸਾਰੀਆਂ ਅਫਸ਼ਾਂ ਜੀ, ਭਾਈ ਯੂਸਫ ਖਾਨ ਸਭ ਨਹੀਂ ਆਏ, ਸਾਰੇ ਅਦਾਕਾਰ ਆਉਂਦੇ ਰਹੇ ਨੇ ਸਟੇਜ ਦੇ, ਸਾਰੇ ਅਦਾਕਾਰ ਆਉਂਦੇ ਨੇ ਤਕਰੀਬਨ ਤੇ ਮੋੜ ਇਹਨਾਂ ਬਾਅਦ ਸਾਡੇ ਕੋਲ ਨਗਮਾ ਤੇ ਵੀਰ ਦੇ ਹਰ ਵਾਰੀ ਕੈਫੀ, ਇਹਦੇ ਪੱਕੇ ਦਾ ਨਦੀਮ ਬਾਦ, ਵਸੀਮ ਬਾਦ, ਅਮਰ ਕੈਫੀ, ਇਹ ਤੇ ਹਰ ਸਾਲ ਆਉਂਦੇ ਨੇ, ਉਹ ਤੇ ਕੋਈ ਫੈਮਿਲੀ ਸੀਗਾ ਜੀ। ਇਹ ਭੱਟੀ ਸਾਹਿਬ ਦੇ ਕੋਈ ਗਾਣ ਕੋਈ ਉਹਨਾਂ ਦੇ? ਭੱਟੀ ਸਾਹਿਬ ਦੇ ਬੇਸ਼ੁਮਾਰ ਗਾਣੇ ਮੈਨੂੰ ਪਸੰਦ ਨੇ ਜੀ, ਸੁਬੇ ਚੂੜੇ ਵਾਲੀਏ ਤੇ ਇੰਨਾ ਕੁ ਮਸ਼ਹੂਰ ਹੋਇਆ, ਨਹੀਂ ਇੱਕ ਵਾਰੀ ਆ ਗਿਆ ਸਾਨੂੰ ਮੁਖੜਾ ਆ ਗਿਆ, ਸੁਬੇ ਚੂੜੇ ਵਾਲੀਏ, ਘਰ ਘਰ ਧੂੰਆਂ ਪੈ ਗਈਆਂ ਇਹਦੀਆਂ। ਫਿਰ ਉਸ ਤੋਂ ਬਾਅਦ ਇੱਥੇ ਪਿਆਰ ਦੇ ਡਾਕੇ ਪੈਣਗੇ, ਮੋਹਨੀ ਦਾ ਸਿੰਘ ਦੇ ਗਾਣਾ ਤੇ ਜਾਗੇ ਚੌਕੀਦਾਰ, ਤੇ ਸੁੱਤਿਆਂ ਜਾਗ ਨਾ ਆਈ, ਚਿੜੀਆਂ ਬੋਲ ਪਈਆਂ, ਫਿਰ ਸੀ ਉਹ ਅੱਜ ਮੁੱਕ ਗਈ ਹੈ ਗਵਾਂ ਵਾਲੀ ਸ਼ਾਮ, ਤੈਨੂੰ ਸਾਡਾ ਪਹਿਲਾ ਸਲਾਮ, ਬਹੁਤ ਗਾਣਾ ਚੱਲਿਆ ਉਹ। ਫਿਰ ਚੰਨ ਮਖਾਨ ਕਰਨ ਲਈ ਸੋਹਣੀ ਤੇਰੇ ਜੇ ਸੋਹਣੀ ਤਸਵੀਰ ਬਣਾਉਣਾ ਚਾਹੁੰਦਾ ਵਾਂ, ਤੂੰ ਮੀਜ਼ਾਂ ਤੇ ਆਪਣੀਆਂ ਤਕਦੀਰ ਬਣਾਉਣਾ ਚਾਹੁੰਦਾ ਵਾਂ,
ਬਹੁਤ ਸ਼ਾਨਦਾਰ ਗਾਣਾ ਭੱਟੀ ਸਾਹਿਬ ਦੇ ਨਾਲ ਨਾਲ ਹੁੰਦੀ ਹੈ। 94 ਨੂੰ ਲੋਕਾਂ ਤੁਹਾਨੂੰ ਪਤਾ ਹੀ ਹੈ, ਸ਼ਾਜ਼ੀਆ ਮਨਜ਼ੂਰ ਨੇ ਗਾਇਆ, ਨਿਰਮਾ ਦੇ ਵਿੱਚ ਬਹੁਤ ਮਤਲਬ ਗਾਣੇ ਚੱਲਿਆ, ਜਿੰਦ ਜਾਣ ਦੇ ਗਾਣੇ ਨਾਲ, ਜਿੰਦਾ ਜਾਨ ਸੱਜਣਾ, ਸ਼ਾਲਾ ਦੇਵੇ ਜਾਨ ਸੱਜਣਾ, ਫਿਰ ਨਾ ਨਾ ਨਾਵੇ ਨਾ ਸੱਜਣਾ, ਜਿਹਨਾਂ ਫੜ ਮੇਰੀ ਬਾਵਾਂ ਨੇ ਜਿੰਦ ਜਾਣ ਦਾ, ਇੱਕ ਟੈਰੀ ਦੇ ਦੋ ਬੁਲ ਸੱਜਣੇ, ਇੱਕ ਜਿੰਦ ਦੇ ਇੱਕ ਜਾਨ, ਉਸ ਤੋਂ ਬਾਅਦ ਦੁਨੀਆਂ ਮਤਲਬ ਦੀ ਆਈ, ਤੂੰ ਅੱਜ ਨਹੀਂ ਕੋਈ ਮੇਰੇ ਦਿਲੀ ਸਦਾ ਦੇਣਾ, ਜਾਂ ਦੁਨੀਆਂ ਮਤਲਬ ਦੀ ਹੋ ਯਾਰ, ਜਾਂ ਅੱਜ ਮੈਂ ਇਕਰਾਰ ਕਰਨਾ ਤੈਨੂੰ ਪਿਆਰ ਕਰਾਂਗਾ, ਨਹੀਂ ਤੇਰੇ ਨਾਲ ਮਰਾਂਗਾ, ਕੈਫੀ ਫਰਦੌਸ ਵਿੱਚ ਆਏਗਾ। ਉਸ ਤੋਂ ਬਾਅਦ ਇਸ਼ਕ ਦੀਵਾਨਾ ਆਈ, ਇਸ਼ਕ ਦੀਵਾਨਾ ਦਾ ਗਾਣਾ ਅੱਖਾਂ ਲੜੀਆਂ ਦਿਲ ਤੇ ਵਾਰ ਹੋਇਆ, ਸਾਨੂੰ ਇੱਕ ਸੋਨੀ ਨਾਲ ਪਿਆਰ ਹੋਇਆ, ਫਿਰ ਕੋਚਵਾਨ ਫਿਲਮ ਦੀ ਤੱਕ ਦਿਲ ਬਣੀਆਂ ਦਿਲ ਵਰਦੀਆਂ, ਇੱਕ ਹਾਸੇ ਨੂੰ ਬੋਲਦੇ ਦੋ ਅੱਖਾਂ ਗੱਲਾਂ ਕਰਦੀਆਂ, ਬਹੁਤ ਸ਼ਾਨਦਾਰ ਗਾਣਾ ਸੀ। ਅੱਗੇ ਜਦੋਂ ਆਉਂਦੇ ਨੇ, ਜੇ ਆਸ਼ਕ ਮੀਨਾ ਜੰਮਦੇ ਕੋਈ ਕਦਰ ਨਾ ਕਰਦਾ ਹੁਸਨ ਦੀ, ਫਿਰ ਕੌਣ ਮਨਾਉਂਦਾ ਕਿਸੇ ਨੂੰ ਜਦ ਰਸਮ ਲੈ ਜਾਂਦੀ ਹੁਸਨ ਦੀ, ਬਹੁਤ ਸ਼ਾਨਦਾਰ ਗਾਣਾ ਸੀ। ਦਮ ਇਸ਼ਕ ਦਾ ਭਰਨਾ ਪਿਆਗਾ ਨੀ, ਦੋ ਨੈਣ ਸਵਾਲੀ ਅਕਾਸ਼ ਸਾਹਿਬ ਦੀ ਫਿਲਮ ਸੀ, ਹਬੀਬ ਸਾਹਿਬ ਤੋਂ ਪੁੱਛਿਆ ਹੋਇਆ, ਫਿਰ ਦਿਲ ਕਰ ਦਿਲ ਦਿਲ ਤੱਕ ਲੈ ਤੇ ਰੱਜ ਲੈ ਕੇ ਜਾਵੀਂ, ਜਦੋਂ ਮਰ ਜਾਂਗਾ ਮੁੜ ਕੇ ਨਾ ਆਵੀਂ, ਘੜੀ ਦੀ ਘੜੀ ਹੋਰ ਠਹਿਰ ਜਾ, ਇਹ ਕੈਫੀ ਸਾਹਿਬ ਦਾ ਗਾਣਾ ਪੁੱਛਿਆ ਹੋਇਆ। ਸੱਜਣ ਦੁਸ਼ਮਣ ਫਿਲਮ ਦਾ, ਫਿਰ ਨਹੀਂ ਛੱਡਣੀ ਬਾਹਰ ਰੇਸ਼ਮ ਵਰਗੀ, ਕਰ ਲੈ ਜਗ ਜੋ ਕਰਨਾ, ਮਤਲਬ ਧਰਤੀ ਦੇ ਨਾਲ ਦਾ ਗਾਣਾ ਸੀ। ਫਿਰ ਚਿੱਟੀ ਬਲੌਰ ਦੇ ਨਾਰੇ ਮੈਂ ਤੇਰਾ ਪਿੱਛਾ ਨਹੀਂ ਛੱਡਣਾ, ਮੁੱਖ ਮੱਥਾ ਨਾ ਅੱਖਾਂ ਸਦਕੇ ਹੁਸਨ ਦੇ ਬੇਪਰਵਾਹੀ, ਐਵੇਂ ਲੱਗਦਾ ਜਿਵੇਂ ਰੱਬ ਨੇ ਆਪਣੇ ਅੱਛੀ ਚੀਜ਼ ਬਣਾਈ। ਇਹ ਭੱਟੀ ਸਾਹਿਬ ਦੇ ਫਿਰ ਉਹ ਤਾਂ ਗਾਣਾ ਸੀ, ਇਹ ਭਰਿਆ ਮੇਲਾ ਦੁਨੀਆਂ ਦਾ, ਬਿਨ ਯਾਰ ਤੋਂ ਚੰਗਾ ਲੱਗਦਾ ਨਹੀਂ, ਫਿਰ ਹੁਸਨ ਵਾਲਿਆਂ ਦਾ ਦੋਸਤੋ ਯਾਰਨਾ ਬੁਰਾ ਹੁੰਦਾ, ਇਹ ਤੇਰਾ ਤੋੜਾਂਗਾ ਗਰੂਰ ਮੈਂ ਜ਼ਰੂਰ ਨਹੀਂ, ਮੁੰਡੇ ਸੰਦੂਰੀ ਵਾਲੀ ਹੈ, ਨਸ਼ੇ ਦੀ ਬੋਤਲ ਨਾ ਇੰਨੀ ਅੱਧ ਚੁੱਕਣੀ, ਮੇਰੀ ਘੋਟੀ ਨਾਲ ਜਾਵੇਗੀ ਤੂੰ ਮੁੱਕਣੀ, ਨੱਡੇ ਦੇ ਨਾਲ ਲਾਲਾ ਯਾਰੀ ਹੋ ਗਿਆ, ਬੜਾ ਦੇਸ਼ ਮਾਰਨ ਦੇ ਗਾਣੇ ਨੇ ਭੱਟੀ ਸਾਹਿਬ ਦੇ ਉੱਤੇ, ਮਤਲਬ ਨਾ ਇਹ ਥੋੜ੍ਹਾ ਇੱਕ ਨਖਰਾ ਨਾਲ ਗੁੱਸਾ ਵੱਖਰਾ, ਅਸਾਂ ਤੈਨੂੰ ਕੀਤਾ ਹੈ ਪਿਆਰ ਨਹੀਂ, ਮਿਲ ਕੇ ਜਾ ਮੋਇਆ ਨਾ ਮਾਰ, ਫਿਰ ਬਚਣਾ ਵੀ ਬਚਣਾ ਪਰਾਇਆ ਮਾਲ ਆਪਣਾ, ਫਿਰ ਸੀ ਉਹ ਗੰਡੇਰੀਆਂ ਸੱਜਣਾ ਦੇ ਬੋਲਣ ਮਿੱਠੀਆਂ ਗੰਡੇਰੀਆਂ, ਭੱਟੀ ਸਾਹਿਬ ਦੇ ਦੇਸ਼ ਮਾਰ ਗਾਣੇ ਨੇ, ਖਾਸ ਤੌਰ ਦਾ ਗਾਣਾ ਮੂੰਹ ਜ਼ੋਰਦਾਰ, ਡੱਬਾ ਕਿਤੇ ਸੌ ਗਿਆ, ਗਰੀਬਾਂ ਨੂੰ ਬਣਾ ਕੇ ਬਹੁਤ ਉੱਚੀ ਟੋਲੀ ਨਾਲ ਗਾਣਾ ਬੋਲਿਆ, ਬਹੁਤ ਸ਼ਾਨਦਾਰ ਉਹਨਾਂ ਦੀ, ਜਿਹੜਾ ਉਹਨਾਂ ਨੇ ਮਨੀਸ਼ ਸਾਹਿਬ ਨਾਲ ਗਾਣਾ ਬੋਲਿਆ, ਬਹੁਤ ਸ਼ਾਨਦਾਰ ਗਾਣਾ ਸੀ ਉਹ। ਇੱਥੇ ਡਿਊਟ ਕੀਤੇ ਹੋਏ ਨੇ, ਯਾਨੀ ਕਿ ਦੂਸਰੇ ਫਨਕਾਰਾਂ ਨੇ, ਉਹਨਾਂ ਦੀ ਤਸਵੀਰ ਦੱਸੋ। ਹਾਂਜੀ, ਉਹਨਾਂ ਨੇ ਮਨੀਸ਼ ਸਾਹਿਬ ਨੇ ਡਿਊਟ ਕੀਤਾ ਸੀ ਚਾਚਾ ਖਾਮ ਹੋਏ ਹੁੰਦੇ, ਇੱਥੇ ਵੱਗਦੀ ਹੈ ਰਾਵੀ ਤੇ ਚਨਾਵ ਮਿਲੀ ਆ, ਇਸ ਦੇਸ਼ ਵਿੱਚ ਸਾਡਾ ਇਹ ਗ੍ਰਾਮ ਮਿਲੀ ਆ, ਫਿਰ ਉਹਨਾਂ ਰੱਬ ਨਾਲ ਕੀਤਾ ਪਿਆਰ, ਪਿਆਰ ਪਿਆਰ ਸੱਚਾ ਪਿਆਰ, ਹੈ ਨਾ ਗੱਲ ਜੀ ਜੀ। ਤੇ ਉਸ ਤੋਂ ਇਲਾਵਾ ਉਹਨਾਂ ਨੇ ਜ਼ੁਬੈਦਾ ਖਾਨ ਨਾਲ ਬੜੇ ਜੋੜ ਸਨ, ਨਸੀਮ ਬੇਗਮ, ਨਜ਼ੀਬ ਬੇਗਮ ਨਾਲ ਸੀ, ਫਿਲਮ ਦਾ ਮੁਖਤਬਰ ਦਾ ਗਾਣਾ ਸੀ ਉਹ, ਬੜਾ ਹਨੇਰਾ ਹੀ ਹੱਥ ਘੁੱਟ ਕੇ ਫੜ ਲਿਆ ਮੇਰਾ, ਬੜਾ ਹਨੇਰਾ ਹੀ, ਤੇ ਅਜ਼ੀਜ਼ ਦੇ ਲੈਲਾ ਦੇ ਪਿੱਛੇ ਹੋਇਆ, ਫਿਰ ਉਹਨਾਂ ਦੇ ਜੂਰ ਸਾਹਿਬ ਸੱਤ ਸੱਜਣਾ ਪਿਆਰ ਕਹੇ ਬਾਰ ਬਾਰ ਕੀਤੇ ਹੋਏ ਕਰਾਰ ਭੁੱਲ ਜਾਈਨਾ, ਆਈ ਆਈ ਬਹਾਰ ਲੈ ਕੇ ਫੁੱਲਾਂ ਦੇ ਹਾਰ ਰੱਖਾ ਕਰਕੇ ਚਾਰ ਪਛਤਾਈਨਾ, ਫਿਰ ਉਹਨਾਂ ਦਾ ਬੇੜੀ ਜੇਲ ਮੁਹੱਬਤਾਂ ਦਾ ਮੇਲ ਇਹ ਦਿਖਾਉਂਦਾ, ਫਿਰ ਅਸਾਂ ਮਾਰ ਕੇ ਉਡਾਰੀ ਉੱਡ ਜਾਣਾ ਕਿਸੇ ਦੇ ਹੱਥ ਨਹੀਂ ਆਉਣਾ, ਤੇ ਉਸ ਤੋਂ ਇਲਾਵਾ ਸੀ ਉਹਨਾਂ ਦਾ ਉਹ ਸਦਾ ਨਹੀਂ ਹੋ ਰਹਿਣਾ ਇਹ ਜ਼ਮਾਨਾ, ਨਹੀਂ ਗੱਲ ਸੁਣਦਾ ਸੁਣਦਾ ਦੇ ਸਾਨੂੰ ਪਿਆਰ ਦਾ ਬਿਆਨਾ, ਨਹੀਂ ਗੱਲ ਸੁਣਦਾ ਜ਼ਮੈਦਾ ਖਾਨ ਦਾ ਡਿਊਟੀ ਦਾ। ਤੇ ਉਸ ਤੋਂ ਇਲਾਵਾ ਇਹ ਜੀ ਜਿਹੜੇ ਹਾਏ ਸੱਜਣਾ ਇਹ ਲੋਕ ਬੜੇ ਬੋਲਦੇ, ਪਰ ਸਾਨੂੰ ਸੁਣ ਬੋਲੀਏ ਨੀ ਉਹ ਪਿਆਰ ਨਾ ਕਰੇ ਨੀ ਜਿਹੜਾ ਬੋਲੇ, ਮਤਲਬ ਉਹਨਾਂ ਦੁਆਰਾ ਸੀ ਨੂਰ ਜਾਨਾਂ ਦਾ ਦੁਆਰਾ ਨੇ ਆਪਣਾ ਮੋਤੀ ਡੁੱਲ ਗਏ ਮੁਹੱਬਤਾਂ ਵਾਲੇ ਜਿਹੜੇ ਵਿੱਚ ਵੈਰੀਆਂ ਦੇ ਕੱਚੇ ਨੂੰ ਆਪਣਾ ਬਣਾ ਕੇ ਸੱਜਣਾ ਉਹ ਸਭ ਦੁਨੀਆਂ ਤੋਂ ਨੂਰ ਬਣਨਾ ਹੈ ਨਾ ਕਰਨਾ, ਕੋਈ ਮਤਲਬ ਫਿਰ ਉਹਨਾਂ ਨੂਰ ਦਾ ਜਰਾ ਠਹਿਰ ਜਾਣਾ ਅੱਗੇ ਅੱਗੇ ਜਾਣ ਵਾਲੇ ਹੋ, ਨੂਰ ਜਾਣਾ ਫਿਰ ਨਾ 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 ਨੀ ਨਾ ਅੜੀਏ ਅਜੇ ਨਾ ਫੜ ਮੇਰੀ ਬਾਂਹ, ਇਹ ਮਤਲਬ ਉਹਨਾਂ ਦਾ ਗਾਣਾ ਸੀ।
ਲੂਧਿਆਣਾ ਬੇਸਿਕ ਮੈਂ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਡਾ ਗਾਣਾ ਸੁਣਨਾ ਚਾਹਾਂਗਾ ਫਿਰ ਮਿਲੇਗੀ ਜਲੰਧਰ ਦੇ ਬਦਲੇ ਵਿੱਚ ਕੈਫੇ ਵਿੱਚ ਕੋਰੀ ਐਵੇਂ ਭੱਜ ਪਾ ਕੇ ਰੁਕਸ ਮੈਂ ਨਾ ਸਿਆਣਿਆਂ ਦਾ ਕਹਿਣਾ ਜੀ ਹੁੰਦਾ ਵੀ ਆਰਾਮ ਤੁਹਾਨੂੰ ਬਹੁਤ ਸ਼ਾਨਦਾਰ ਗਾਣਾ ਉਸ ਤੋਂ ਬਾਅਦ ਜਿਹੜਾ ਮਿਲੇਗਾ ਜਲੰਧਰ ਦੇ ਬਦਲੇ ਪਾਰਟ 2 ਦੇ ਵਿੱਚ ਇੱਕ ਗਾਣਾ ਆਇਆ ਚਕੋਰੀ ਦੇ ਕੈਫੇ ਤੇ ਦੁਨੀਆ ਦਾ ਕੰਮ ਲੱਗਿਆ ਨਾ ਤੋੜਨਾ ਫੁੱਲਾਂ ਦੀਆਂ ਛਾਵਾਂ ਮਿੱਟੀਆਂ ਚ ਰੋਲਣਾ ਬਾਕੀ ਜੀ ਦੋਸਤੋ ਸਾਡੀ ਵੀਡੀਓ ਕੈਸੀ ਲੱਗੀ ਕਮੈਂਟ ਬਾਕਸ ਰਾਏ ਦਾ ਜ਼ਰੂਰ ਕਰਨਾ ਦਿਓ ਜਾਂ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਅੱਲਾ ਹਾਫਿਜ਼।